ਸੰਗੋ ਦੇ ਪੜ੍ਹੇ ਲਿਖੇ ਨੌਜਵਾਨੋ ਜੇ ਪਨੀ ਇਸਰਾਇਲ ਦੀ ਮਹਾਂਪੁੱਤਰ ਨੂੰ ਦੁਆ ਦੇਵੇ ਤੇ ਹੋਲੀ ਬਣ ਸਕਦਾ ਹੈ ਤੇ ਵਿਲਾਇਤ ਦਾ ਦਰਵਾਜ਼ਾ ਤੇ ਰੱਬ ਨੇ ਅੱਜ ਵੀ ਬੰਦ ਨਹੀਂ ਕੀਤਾ ਅੱਜ ਵੀ ਕੋਈ ਖਿਦਮਤ ਗੁਜ਼ਾਰ ਪੁੱਤਰ ਹੋਵੇ ਤੇ ਮਾਂ ਦੁਆ ਦੇਣ ਵਾਲੀ ਹੋਵੇ ਤੇ ਪੁੱਤਰ ਅੱਜ ਵੀ ਬਲੀ ਬਣ ਸਕਦਾ ਅੱਜ ਵੀ ਬਲੀ ਬਣ ਸਕਦਾ ਅੱਜ ਤੇ ਮਾਂ ਬੁਲਾਵੇ ਨਾ ਪੁੱਤਰ ਮੇਰੀ ਗੱਲ ਸੁਣ ਤੇ ਬੱਟੀ ਸਾਹਿਬ ਅੱਜ ਤੇ ਪੁੱਤਰ ਮਾਂ ਨੂੰ ਬੁਲਾਉਂਦੇ ਨੇ ਜੇ ਬੋਲ ਪੈਂਦੇ ਇਤਨਾ ਪੂਰਾ ਬੋਧ ਨੇ ਕਹਿੰਦੇ ਅੱਧੀ ਰਾਤ ਵੇਲੇ ਪੁੱਤਰ ਘਰ ਆਵੇ ਤੇ ਅੱਬੂ ਪੁੱਛੇ ਨਾ ਕਿੱਥੋਂ ਆਏ ਅੱਜ ਦੇ ਪੁੱਤਰ ਆਪਣੇ ਬਾਪ ਵਾਲੇ ਦੀ ਗੋਰੀ ਪਾ ਕੇ ਵੇਖਦੇ ਨੇ ਕਿ ਅਗਲੀ ਰਾਤ ਬਾਪ ਵਿਚਾਰਾ ਪੁੱਛਦਾ ਹੀ ਨਹੀਂ ਕਿੱਥੋਂ ਆਏ ਇਸ ਘਰ ਕੋ ਆਗ ਲੱਗ ਗਈ ਘਰ ਕੇ ਚਰਾਂ ਸੇ ਕਿਹੜਾ ਕਿਹੜਾ ਦੁੱਖ ਭੋਲਾ ਕਿਆ ਪੁੱਛਦੇ ਹੋ ਦਰਦ ਕਹਾਂ ਹੋਤਾ ਹੈ ਇੱਕ ਜਗ੍ਹਾ ਹੋ ਤੋ ਬਤਾਓ ਯਹਾਂ ਹੋਤਾ ਹੈ ਸਾਰਾ ਮੁਆਸ਼ਰਾ ਪਿਆ ਦੁੱਖ ਦੇ ਮੈਂ ਉਹਨਾਂ ਮਾਵਾਂ ਦੀ ਗੱਲ ਕਰ ਰਹੀ ਜਿਹੜੀਆਂ ਰੋ ਕੇ ਆ ਕੇ ਕਹਿੰਦੀਆਂ ਆਸਿਫ ਸਾਹਿਬ ਮੈਨੂੰ ਕੋਈ ਤਵੀਤ ਲਿਖ ਦਿਓ ਕੋਈ ਵਜ਼ੀਫਾ ਦਿਓ ਮੇਰਾ ਪੁੱਤਰ ਮੈਨੂੰ ਬੁਲਾਉਂਦਾ ਨਹੀਂ ਉਹ ਮਾਵਾਂ ਖਬਰੇ ਕਿਹੜੇ ਕਲੇਜੇ ਨਾਲ ਉਹ ਕਿਹੜੇ ਦੁੱਖ ਆ ਕੇ ਭੁੱਲਦੀਆਂ ਨੇ ਮੇਰੀ ਮਿਲਤ ਦੇ ਨੌਜਵਾਨੋ ਤੁਹਾਨੂੰ ਨਹੀਂ ਪਤਾ ਤੁਹਾਡੀ ਮਾਂ ਨੇ ਤੁਹਾਡੇ ਵਾਸਤੇ ਜ਼ਿੰਦਗੀ ਦੀਆਂ ਕਿਤਨੀਆਂ ਰਾਤਾਂ ਜਾਗ ਕੇ ਗੁਜ਼ਾਰੀ ਤੈਨੂੰ ਨਹੀਂ ਪਤਾ ਤੇਰੇ ਬਾਪ ਨੇ ਆਪਣੀ ਜਵਾਨੀ ਤੇਰੇ ਪਿੱਛੇ ਬਰਬਾਦ ਕਰ ਦਿੱਤੀ ਆਓ 15ਵੀਂ ਮੰਜ਼ਲ ਤੇ ਜਾ ਕੇ ਜਿਹੜਾ ਸਾਊਦੀ ਅਰਬ ਦੀ ਗਰਮੀ ਵਿੱਚ ਤੇਰਾ ਬਾਪ ਦਿਹਾੜੀ ਲਗਾਉਂਦਾ ਨਾ ਉਹ ਇਸ ਵਾਸਤੇ ਗਰਮੀ 'ਚ ਦਿਹਾੜੀ ਲਗਾਉਂਦਾ ਕਿ ਪਾਕਿਸਤਾਨ 'ਚ ਜਿਹੜਾ ਮੇਰਾ ਪੁੱਤਰ ਮੈਟ੍ਰਿਕ ਦੇ ਪੇਪਰ ਦੇ ਰਿਹਾ ਨਾ ਉਹ ਏਸੀ ਵਾਲੇ ਕਮਰੇ 'ਚ ਬੈਠ ਕੇ ਪੜ੍ਹੇ ਤੇ ਮੇਰੇ ਪੁੱਤਰ ਨੂੰ ਕਿਤੇ ਗਰਮੀ ਨਾ ਲੱਗੇ ਤੇ ਪੁੱਤਰ ਜਦੋਂ ਜਵਾਨ ਹੋ ਕੇ ਪੁੱਛਦਾ ਨਾ ਅਬੂ ਜੀ ਤੂੰ ਸਵੇਰ ਲਿਖੀ ਤਲਤੀ ਗਈ ਉਸ ਬਾਪ ਨੂੰ ਫਿਰ ਹਾਰਟ ਅਟੈਕ ਹੋ ਜਾਂਦਾ ਉਹਦਾ ਕਲੇਜਾ ਫਟ ਜਾਂਦਾ ਕਿਉਂ ਉਹਨੇ ਆਪਣੀ ਜਵਾਨੀ ਇਸ ਪੁੱਤਰ ਦੇ ਨਾਮ ਲਗਾਈ ਸੀ ਤੇ ਪੁੱਤਰ ਵੱਡਾ ਹੋ ਕੇ ਪੁੱਛਦਾ ਅਬੂ ਜੀ ਅਮੀ ਜੀ ਤੂੰ ਸਮੇਂ ਲਿਖੀ ਤਾਂ ਕੀ ਹੈ ਤੇਰੇ ਪਿੱਛੇ ਤੇਰੀ ਮਾਂ ਨੇ ਸਾਰੀ ਜ਼ਿੰਦਗੀ ਦੀ ਰਾਤਾਂ ਜਾ ਕੇ ਗੁਜ਼ਾਰ ਦਿੱਤੀਆਂ ਕੌਣ ਹੈ ਦੀਵਾਲੀ ਸੱਲੱਲਾ ਅਲੈਹਿ ਵਸੱਲਮ ਕੋਲ ਕੁਛ ਮਾਂ ਦੀ ਅਜ਼ਮਤ ਕੀ ਤੇ ਮਾਂ ਦਾ ਵਿਛੋੜਾ ਕੀ 6-7 ਦੀ ਉਮਰ ਸੀ ਮੇਰੇ ਆਖਾ ਦੀ ਜਦੋਂ ਮਾਂ ਟੁਰ ਗਈ ਸਾਰੀ ਜ਼ਿੰਦਗੀ ਮੇਰੇ ਨਬੀ ਨੇ ਮਾਂ ਦੇ ਬਗੈਰ ਗੁਜ਼ਾਰੀ ਇਮਾਮ ਬਖਸ਼ੀ ਰਹਿਮਤੁਲਲਾਹ ਅਲੈਹ ਨੇ ਸ਼ੁਭੁਲ ਇਮਾਨ ਦੇ ਅੰਦਰ ਹਦੀਸ ਪਾਕ ਲਿਖੀ ਫਰਮਾਦੇ ਨੇ ਕਦੇ ਨਬੀ ਕਰੀਮ ਨੇ ਇਸ਼ਾ ਦੀ ਨਮਾਜ਼ ਪੜ੍ਹਾਈ ਨਮਾਜ਼ ਪੜ੍ਹਾ ਕੇ ਸਹਾਬਾ ਬਨੂ ਖਿਆਨਵਰ ਕੀ ਤਨਾ ਤੇ ਇੰਜ ਅਥਰੂ ਮੇਰੇ ਨਬੀ ਦੀ ਅੱਖਾਂ 'ਚ ਤੇ ਗਿਰਦੇ ਨੇ ਜਿਵੇਂ ਤਸਬੀਹ ਟੁੱਟ ਜਾਵੇ ਤਾਂ ਤਸਬੀਹ ਦੇ ਦਾਣੇ ਗਿਰਦੇ ਉਹ ਸਹਾਬਾ ਜਿਹਨਾਂ ਯਾਰ ਦੇ ਵੁਜ਼ੂ ਦੇ ਪਾਣੀ ਦਾ ਕਤਰਾ ਕਦੇ ਜ਼ਮੀਨ ਤੇ ਨਹੀਂ ਛੱਡੀ ਕਰਦੇ ਤਾਂ ਉਹਨਾਂ ਰੋ ਕੇ ਅਰਜ਼ ਕੀਤੀ ਸੋਹਣਿਆ ਤੇਰੇ ਅੱਥਰੂ ਕੌਣ ਵੇਖੇ ਕਮਲੀ ਵਾਲੇ ਜੇ ਕਿਸੇ ਦੁੱਖ ਦਿੱਤੇ ਤੇ ਸਾਨੂੰ ਦੱਸ ਅਸੀਂ ਪੁੱਤਰ ਤੇਰੀਆਂ ਜ਼ੁਲਫਾਂ ਦੇ ਕੁਰਲਾਂ ਤੋਂ ਬਾਹਰ ਦੇ ਕੇ ਸੋਹਣਿਆ ਕਿਉਂ ਰੋਣਾ ਮੇਰੇ ਆਕਾ ਨੇ ਰੋ ਕੇ ਫਰਮਾਇਆ ਮੈਨੂੰ ਕੋਈ ਕੰਮ ਨਹੀਂ ਕੋਈ ਤਕਲੀਫ ਨਹੀਂ ਮੈਨੂੰ ਕਿਸੇ ਨੇ ਦੁੱਖ ਨਹੀਂ ਦਿੱਤਾ ਅਰਜ਼ ਕੀਤੀ ਸੋਹਣਿਆ ਫਿਰ ਰੋਂਦੇ ਕਿਉਂ ਫਰਮਾਇਆ ਮੈਨੂੰ ਮੇਰੀ ਅੰਮੀ ਦੀ ਯਾਦ ਆ ਗਈ ਮਾਂ ਯਾਦ ਆ ਗਈ ਫਰਮਾਇਆ ਸਹਾਬਾ ਮੈਂ ਤੂੰ ਪੁੱਛੋ ਮੈਂ ਮੁਹੰਮਦ ਤੱਕ ਕੀ ਦਿਲ ਕਰ ਸਹਾਬਾ ਉਸ ਕੀਤੀ ਯਾਰ ਸੁਣ ਲੱਖੀ ਦਿਲ ਕਰਦਾ ਸੁਣੋ ਨੌਜਵਾਨੋ ਮੇਰੇ ਨਬੀ ਦੀ ਤਮੰਨਾ ਸੁਣੋ ਮੇਰੇ ਆਖਾ ਨੇ ਫਰਮਾ ਸਹਾਬਾ ਮੇਰਾ ਜੀ ਕਰਦਾ ਮੈਂ ਇੱਥੇ ਇਸ਼ਾਅ ਦੀ ਨਮਾਜ਼ ਪੜ੍ਹਦਾ ਹੋਵਾਂ ਸੂਰੇ ਫਾਤਿਹਾ ਵੀ ਪੜ੍ਹ ਲਵਾਂ ਉਹ ਹੁਜਰੇ 'ਚ ਮੇਰੀ ਮਾਂ ਮੇਰਾ ਬੈਠੀ ਹੋਵੇ ਤੇ ਅੰਮੀ ਦੀ ਆਵਾਜ਼ ਆਵੇ ਵੇ ਮੇਰੇ ਪੁੱਤਰ ਮੁਹੰਮਦ ਮੇਰੀ ਗੱਲ ਸੁਣ ਜਾਓ ਫਰਮਾਇਆ ਮੇਰਾ ਦਿਲ ਕਰਦਾ ਮੇਰੀ ਅੰਮੀ ਦੀ ਆਵਾਜ਼ ਆਵੇ ਮੈਂ ਰੱਬ ਦੀ ਨਮਾਜ਼ ਛੱਡ ਕੇ ਮਾਂ ਦੀ ਗੱਲ ਸੁਣ ਕੇ ਆਵਾਂ ਪਰ ਜਿਸ ਨਬੀ ਦਾ ਤੂੰ ਕਲਮਾ ਪੜਿਆ ਨਾ ਕਿਹੜੇ ਨਬੀ ਨੇ ਫਰਮਾਇਆ ਕਦੇ ਮੇਰੀ ਮਾਂ ਬੁਲਾਵੇ ਨਾ ਫਰਮਾਇਆ ਮੈਂ ਰੱਬ ਦੀ ਨਮਾਜ਼ ਛੱਡ ਕੇ ਮਾਂ ਦੀ ਗੱਲ ਸੁਣ ਕੇ ਆਵਾਂ ਉਹ ਮਾਂ ਦੀ ਬੋਲੀ ਦੀ ਕਦਰ ਕਰੀ ਇੱਥੇ ਕਿਸੇ ਉਸ ਨੂੰ ਪੁੱਛ ਜਿਹਨੂੰ ਅੰਮੀ ਨੂੰ ਮਿਲਣ ਕਬਰਸਤਾਨ ਜਾਣਾ ਪੈਂਦਾ ਹੈ ਕਿਤੇ ਤੈਨੂੰ ਵੀ ਆਪਣੀ ਮਾਂ ਤੇ ਬਾਪ ਨੂੰ ਮਿਲਣ ਕਬਰਸਤਾਨ ਨਾ ਜਾਣਾ ਪੈ ਜਾ ਇਹਨਾਂ ਨੂੰ ਆਪਣੇ ਫਿਰੇ 'ਚ ਮਿਲਿਆ ਕਰੋ ਤੇ ਇਹਨਾਂ ਦੇ ਦੁੱਖ ਦੇ ਸੁਣ ਲਿਆ ਕਰੋ ਕਿਹੜਾ ਕਿਹੜਾ ਰੰਗ ਦੇਵਾਂ ਮੈਂ ਅਕਸਰ ਇਹ ਗੱਲ ਸੁਣਾਉਂਦਾ ਮੇਰੇ ਕੋਲ ਨਾ ਚੰਦ ਇੱਕ ਬਾਬਾ ਜੀ ਵੱਡੇ ਨੇ ਜੇ ਬੈਠੇ ਮੇਰੀ ਆਦਤ ਮੈਂ ਬਜ਼ੁਰਗਾਂ ਕੋਲੋਂ ਜ਼ਿੰਦਗੀ ਦੇ ਤਜਰਬਾਤ ਤੋਂ ਸਿੱਖਣਾ ਤੇ ਮੈਂ ਪੁੱਛਿਆ ਬਾਬਾ ਜੀ ਜ਼ਿੰਦਗੀ ਕਿਵੇਂ ਦੀ ਗੁਜ਼ਰੀ ਕਹਿ ਲੱਗੇ ਅਸੀਂ ਸਾਹਿਬ ਮੈਂ ਗਰੀਬ ਮਾਂ ਬਾਪ ਦਾ ਪੁੱਤਰ ਸਮੇਂ ਦੀ ਦੁੱਖਾਂ 'ਚ ਗੁਜ਼ਰ ਗਈ ਤੇ ਗੁਰਬਤ 'ਚ ਗੁਜ਼ਰ ਗਈ ਸ਼ੁਕਰੇ ਪੁੱਤਰ ਜਵਾਨ ਹੋਏ ਤੇ ਕੋਈ ਯੂਰਪ ਚਲਾ ਗਿਆ ਤੇ ਕੋਈ ਅਮਰੀਕਾ ਚਲਾ ਗਿਆ ਤੇ ਰੱਬ ਨੇ ਕੋਠੀਆਂ ਵੀ ਦਿੱਤੀਆਂ ਤੇ ਕਾਰਾਂ ਵੀ ਦੇ ਦਿੱਤੀਆਂ ਤੇ ਰੱਬ ਦੇ ਬੜੇ ਫਜ਼ਲ ਹੋ ਗਏ ਦੁੱਖ ਭੁੱਲ ਗਏ ਗੁਰਬਤ ਭੁੱਲ ਗਏ ਮੈਂ ਪੁੱਛਿਆ ਬਾਬਾ ਜੀ ਕੋ ਤੁਹਾਡੇ ਦਿਲ ਦੀ ਹਸਰਤ ਹੋਵੇ ਕਹਿ ਲੱਗੇ ਨਹੀਂ ਅਸੀਂ ਸਭ ਕੋਈ ਹਸਰਤ ਨਹੀਂ ਰੱਬ ਨੇ ਬੜੇ ਕਰਮ ਕੀਤੇ ਨੇ ਰੱਬ ਦੇ ਬੜੇ ਫਜ਼ਲ ਹੋ ਗਏ ਨੇ ਪੂਰੀਆਂ ਕਰਮ ਹੋ ਕੇ ਖੁਸ਼ੀਆਂ ਮਿਲ ਗਈਆਂ
میں دیکھا تیرے باپ کی آنکھیں جو موٹے موٹے اتھرو ہیں. میں پوچھا بابا جی روتے کیوں؟ اتھرو صاف کر کے کہنے لگے آسی صاحب ہور تے کوئی حسرت نہیں, پر کدے کدے کوٹھی ویکھ کے دل کہندا کدے اندر ماں ہوے نا. سبحان اللہ, کدے اندر ماں ہوے. گھر جانا سارے نظری ہوں گے, ایک ماں نظری نہیں ہوں گی. دل کہندا اندر ماں ہوے, اس تو پہلے کہ تیری حسرت ہوگی کدے اندر معاف ہوگی. اس تو پہلے پہلے اپنی ماں کو بیٹھے, اس تو پہلے پہلے اپنے باپ کو شام بیٹھے. ماں دے قدم تے ابو دے سویرے ہاتھ چوم جا, زمانے چ اس دن تیری کانڈ کوئی نہ لگا سکے. سویر اٹھ کے ماں دے قدماں دا بوسا تے کہ اپنے باپ دے ہاتھ دا بوسا لے, کانڈ نہیں زمانے چ تیری کو لگا سکے گا. میرے سیال کوٹی تاریخ نے بہت بڑے خطیب گزرے, نو دا نام سی حضرت علامہ مولانا محمد یوسف سیال کوٹی رحمت اللہ علیہ. آپ اپنے خطابات چ فرماتے سن, جب جلسہ جب تقریر کر جانا نا تو لوگ اشتہارات تے میرا نام لکھ دے, میرے نام دے نال القابات لکھ دے, خطیب پاکستان مقرر شولہ لسان عالم نبیل فاضل جلیل جامع المنقول و مول منقول حضرت علامہ مولانا حافظ قاری مفتی محمد یوسف نقشبندی مجددی دامت برکاتہم العالیہ فرماتے, لوگ میرا اتنا لمبا نام لکھ دے, میرے نام نال اتنے القابات لکھ دے, پر میرے کلیجے ٹھنڈ نکلے پئے. پر جدو ادھی رات میں جلسہ موقع کے گھر جاواں نا, میرے جوان پتر سوتے ہوندے تے میری وڈیری دی ماں جاگ دی ہوندی سی. سرگودے والے میں نے 24 سال اتر کے خطابت کر دیا الحمد للہ. انہیں 24 سال کا دیدر میں ہند سین دنیا یورپ امریکہ یوکے انگلینڈ سب پھر چکیا. میں اپنی زندگی چراتا چ بڑے بڑے تجربات ویکھے, بڑے بڑے واقعات زندگی سڑکاں تے ویکھے. میں جدو صبح گھر جانا تے کدے رات دے 3 بجے ہوندے, کدے 4 بجے ہوندے, کدے صبح دے 10 بجے ہوندے. سردیاں دی رات تے دھند بڑی شدید تے میں کسے پروگرام تو واپس آیا تے میرے محلے چ نا ایک میرا کلاس فیلو دا نام منظور, میں اپنی گلی چ گزریا رات 2:30-3 بجے دا ٹائم, سردی بڑی تے میں ویکھیا او منظور جڑا میرا محلے تے اودی ماں وڈی وی جی ساڈے محلے دی چاچی او دروازے چ بیٹھی گلی وچ. میں رک گیا تے میں آکھیا چاچی جی گھر چ کوئی ایمرجنسی ہے تے مینوں دسو, میں حاضر ہاں. خیریت گلی چ کیوں بیٹھے ہو؟ پتہ سمائی تے میں نے جواب کھڑی پا اتنی سردی گرم بستر سکون نہیں ہے پیا ملتا, کیوں تو منظور اجے نہیں آئے جلسہ سنن آئے. صبح فجر میرے گھر جاؤ گے, جا کے دروازہ کھڑکائیو گے تو ماں کھولے گی دروازے, ماں کھولے گی. اے جڑی ماں دے سامنے اچھا بول پہنا نا, تینوں نہیں پتا تیری واسطے تیری ماں نے زندگی دیا کتنی راتاں جہاد کی گزاری. میری ملت دے نوجوان علامہ یوسف سیال کوٹی فرماتے نے ادھی رات ویلے گھر جانا, اج جا کے دروازے تے ہاتھ ہی رکھنا تے اندر میری وڈیری دی ماں دی آواز آدی ہے, میں جوس پا آ گیا. یوسف کہنا نہیں آتا, جوس کا کہنا بھی نہیں آتا, پر پیار نہ کہتی ہے جوس با آ گیا. فرماتے سن ادھی رات ویلے خبر کہڑے پیار نہ جوس با کہتی ہے ٹھنڈ پا دی رات نو سرانے چ سر دے کے رویا کرے گا کہ میری امی ورگا مینو بلا دے, کوئی انج پیار کرے جی میرے ابو کر دے. تیری پھر دل دیاں حسرتاں رہ جانیاں نے, میری ماں ورگا مینو بلائے, پر ماں ورگا کوئی ہووے تے ماں ورگا بلا دے نا. ایک ماں ہی تے ہوندی ہے جڑی تینوں ایڈے پیار نال بلا دی ہے کہ ٹر جاوے تے دل دی حسن پا لے جاندی گانے. آج کے کڑی رحمت اللہ علیہ فرما دے نا, ماں والے ماں والے Yeah.
اپنی ماں کے چہرے اٹھ کے قدم کے بوسے لائے، تینوں نہیں پتا تیری ماں کے کتنے احسان نے تیرے، تینوں نہیں پتا تیرے باپ کے کتنے احسان نے تیری ذات اتنے، اپنی ماما کے باپ کی قدر کرے آجے. اور میں نہ چیز ممبر رسول تے بیٹھا، میں ممبر رسول تے بیٹھ کے دعویٰ کر رہا کہ میں نچیز کے مطالعے کے مطابق نبوت صحابیت تو بعد اگر کسی نے کو مقام ملے ہے تو او ماں دی دعا نال ملے. اس تو بعد جتنے بھی